ਬਸ ਸਭ ਤੋਂ ਪਹਿਲਾਂ ਤੇ ਕਹਾਂਗੇ ਤੁਹਾਡੀਆਂ ਸਭ ਦੀਆਂ ਦੁਆਵਾਂ ਨੇ ਕਿ ਮੈਨੂੰ ਫਿਰ ਦੁਬਾਰਾ ਕੰਮ ਮਿਲ ਰਿਹਾ ਹੈ ਉਹ ਪੰਜਾਬੀ ਫਿਲਮ ਚ ਫਿਰ ਸ਼ੁਰੂਆਤ ਵੀ ਚੰਨ ਪਰਦੇਸੀ ਤੋਂ ਕੀਤੀ ਸੀ ਐਕਸ਼ਨ ਟੀਮ ਪੂਰੀ ਸਾਡੀ ਸਾਥ ਤੋਂ ਆਈ ਹੈ ਸੋਨਾ ਨੇ ਸੋਚੋ ਕਿੰਨਾ ਜ਼ਬਰਦਸਤ ਐਕਸ਼ਨ ਕਰਵਾਇਆ ਹੋਏਗਾ ਮੇਰੇ ਤੋਂ ਸੋ ਬਹੁਤ ਇੰਟਰਸਟਿੰਗ ਬਹੁਤ ਮਜ਼ਾ ਆਇਆ ਸ਼ੂਟ ਸੀ ਦੋ ਚੀਜ਼ਾਂ ਨੇ ਇੱਕ ਤਾਂ ਪੰਜਾਬ ਦੇ ਵਿੱਚ ਇਹ ਪਹਿਲੀ ਹਾਰਰ ਫਿਲਮ ਹੈ ਹਰੇ ਤੱਕ ਪੰਜਾਬ ਦੇ ਵਿੱਚ ਹਾਰਰ ਫਿਲਮ ਐਦਾਂ ਦੀ ਕੋਈ ਆਈ ਨਹੀਂ ਹੈ ਆ ਜਿਹੜੀ ਸੋਹਣੀ ਜੀ ਪੂਤਨੀ ਜੀ ਇਹਨੇ ਬੜੀਆਂ ਚਪਗਣਾ ਮਾਰੀਆਂ ਹਰੇਕ ਦੇ ਇਨੇ ਚੰਦ ਕੱਢਿਆ ਪੂਰਾ ਹੋਰ ਸ਼ੂਟਿੰਗ ਚੱਲੀ ਮੈਂ ਕਿਹਨੂੰ ਤੇ ਸੋਣੀ ਹੈ ਨਾ ਇਹਨੂੰ ਮੈਂ ਕਹਿਣਾ ਤੇ ਹੁਣ ਤਾਂ ਮੈਂ ਸੀਨ ਤਾਂ ਦੱਸਣਾ ਨਹੀਂ ਤੁਸੀਂ ਜਾ ਕੇ ਦੇਖੋਗੇ ਨਾ ਤੁਹਾਨੂੰ ਮਜ਼ਾ ਆਊਗਾ ਕਿਉਂ ਭੂਗੀ ਭਾਈ ਇਹਨਾਂ ਮੇਰਾ ਬੜਾ ਵਧੀਆ ਸੀਨ ਹੈ ਕੈਂਡਾ ਮਤਲਬ ਕਿ ਤੁਸੀਂ ਹੱਸ-ਹੱਸ ਕੇ ਲੋਡ ਫੋਟ ਹੋ ਜਾਗੇ ਦੇਖੋ ਫਿਲਮ ਦਾ ਨਾਇ ਪੂਤ ਅੰਕਲ ਤੁਸੀਂ ਗ੍ਰੇਟ ਹੋ ਤੇ ਮੇਰਾ ਇੱਕ ਕੈਰੈਕਟਰ ਹੈ ਜਿਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਇਹ ਪੂਤ ਅੰਕਲ ਤਾਂ ਗ੍ਰੇਟ ਹੈ ਬਟ ਇਹ ਖੂਬਸੂਰਤੀ ਹੁੰਦੀ ਹੈ ਕਿ ਸ਼ਬਦਾਂ ਦੇ ਵਿੱਚ ਜਾਂ ਸੀਨ ਦੇ ਵਿੱਚ ਪਰੋ ਕੇ ਕੋਈ ਗੱਲ ਕਹੀ ਜਾਵੇ ਉਹੀ ਇਸ ਫਿਲਮ ਦੇ ਵਿੱਚ ਵੀ ਤੁਹਾਨੂੰ ਕਈ ਜਗ੍ਹਾ ਤੇ ਉਹ ਮੈਸੇਜੇਸ ਮਿਲਣਗੇ ਇਸ ਤਰ੍ਹਾਂ ਦੇ ਬਟ ਫਿਲਮ ਫੁੱਲ ਆਫ ਐਂਟਰਟੇਨਮੈਂਟ ਹੈ ਅਰ ਪਹਿਲੀ ਵਾਰ ਹੈ ਕਿ ਲੋਕਾਂ ਨੇ ਟੈਰਰ ਜਾਂ ਜਿਹਨੂੰ ਖੌਰਰ ਕਹेलो ਹੌਫ ਖੌਫ ਅਰ ਹਾਸਾ ਇਹ ਦੋਨੋਂ ਇੱਕ 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 ਟਾਈਮ ਤੇ ਦੇਖਣੇ ਨੇ ਹਾਰਰ ਐਂਡ ਕਾਮਿਕ ਬਲੈਂਡ ਜਿਹੜਾ ਉਹ ਲੋਕਾਂ ਨੂੰ ਪਹਿਲੀ ਵਾਰੀ ਇੱਚ ਦੇਖਣ ਨੂੰ ਮਿਲੇਗਾ ਤੁਸੀਂ ਦੇਖ ਰਹੇ ਐਚਐਸਐਨ ਟੀਵੀ CTSN TV ਤੁਸੀਂ ਵੇਖ ਰਹੇ ਹੋ ਮੈਂ ਹਾਂ ਸ਼ੀਤਲ ਠਾਕੁਰ ਸੋ ਅੱਜ ਮੈਂ ਪਹੁੰਚੀ ਹਾਂ ਪੰਜਾਬੀ ਫਿਲਮਿਕ ਇਹੋ ਜਿਹੀ ਪੰਜਾਬ ਦੇ ਵਿੱਚ ਹਾਰਰ ਵੀ ਹੈ ਤੇ ਹਾਸਾ ਵੀ ਹੈ ਸੋ ਦੋਨਾਂ ਦਾ ਸੁਮੇਲ ਤੁਹਾਨੂੰ ਮਿਲਣ ਵਾਲਾ ਹੈ ਉਹ ਫਿਲਮ ਰਿਲੀਜ਼ ਹੋਣ ਵਾਲੀ ਹੈ ਔਰ ਉਸ ਫਿਲਮ ਦੀ ਪ੍ਰੋਮੋਸ਼ਨ ਦੇ ਉੱਤੇ ਪਹੁੰਚੀ ਹਾਂ ਜਿੱਥੇ ਦੀ ਸਟਾਰ ਕਾਸਟ ਵੀ ਔਰ ਫਿਲਮ ਦਾ ਨਾਮ ਹੈ ਭੂਤਾਂਕਰ ਜੀ ਤੁਸੀਂ ਪੇਟੋ ਇਦੇ ਵਿੱਚ ਸਭ ਤੋਂ ਜ਼ਿਆਦਾ ਅਲੱਗ ਗੱਲ ਇਹ ਹੈ ਕਿ ਇਹ ਪੰਜਾਬੀ ਡਰਾਵਣੀ ਫਿਲਮ ਹੈ ਜਿਹੜੀ ਕਿ ਤੁਹਾਨੂੰ ਹਸਾਊਗੀ ਵੀ ਤੇ ਡਰਾਊਗੀ ਵੀ ਔਰ ਇਸ ਫਿਲਮ ਦੀ ਜਿਹੜੀ ਸਟਾਰ ਕਾਸਟ ਹੈ ਜੋਦੇ ਵਿੱਚ ਰਾਜ ਬੱਬਰ ਜਿਆ ਪ੍ਰਦਾ ਇਸ ਤੋਂ ਇਲਾਵਾ ਗੁਰਪ੍ਰੀਤ ਕੁੱਕੀ ਤੇ ਹਾੜੀ ਸੰਗਾ ਤੇ ਸੁਲਬ ਹੋਰ ਵੀ ਬਹੁਤ ਕਲਾਕਾਰ ਨੇ ਜਿਨ੍ਹਾਂ ਨੇ ਕੰਮ ਕੀਤਾ ਆ ਉਹਨਾਂ ਦਾ ਕੰਮ ਤੁਹਾਨੂੰ ਤੇ ਇਸ ਫਿਲਮ ਦੇ ਬਾਰੇ ਜਾਣਦੇ ਆ। ਐਚਐਸਐਨ ਟੀਵੀ ਤੇ ਮੈਂ ਹਾ ਸ਼ੀਤਲ ਤੇ ਲਾ ਹੁਣ ਤੁਹਾਨੂੰ ਅਸੀਂ ਮਿਲਵਾਨੇ ਆ ਬਾਲੀਵੁੱਡ ਜਗਤ ਦੇ ਤੇ ਪੰਜਾਬੀ ਸਿਨੇਮੇ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਜੀ ਦੇ ਨਾਲ ਜਿਹੜੇ ਕਿ ਬਹੁਤ ਹੀ ਸਮੇਂ ਬਾਅਦ ਇੱਕ ਪੰਜਾਬੀ ਫਿਲਮ ਉਹਨਾਂ ਦੀ ਆਈ ਹੈ ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ। ਲਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਫਿਲਮ ਦੇ ਵਿੱਚ ਕੀ ਖਾਸ ਹੈ? ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ। ਮਿਹਰਬਾਨੀ, ਸ਼ੁਕਰੀਆ। ਤੇ ਤੁਹਾਨੂੰ ਸਭ ਨੂੰ ਵੀ ਐਚਐਸਐਨ ਦੇ ਨਾਮ ਰਾਹੀਂ ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਸਰ ਪੰਜਾਬੀ ਫਿਲਮਾਂ ਤੁਸੀਂ ਪਹਿਲਾਂ ਵੀ ਬਹੁਤ ਕੀਤੀਆਂ ਸੋ ਪੰਜਾਬ ਦੇ ਵਿੱਚ ਪਹਿਲਾਂ ਹੀ ਤੁਹਾਡੀ ਫੈਨ ਫੋਲੋਇੰਗ ਬਹੁਤ ਸੀ ਉਸ ਤੋਂ ਬਾਅਦ ਬਾਲੀਵੁੱਡ ਫਿਲਮ ਦੇ ਵਿੱਚ ਵੀ ਤੁਸੀਂ ਕਾਫੀ ਨਾਮ ਕਮਾਇਆ ਬਹੁਤ ਫੈਨ ਫੋਲੋਇੰਗ ਹੈ ਲੋਕ ਬੜੇ ਖੁਸ਼ ਨੇ ਕਿ ਰਾਜ ਮੇਪਰ ਜੀ ਨੂੰ ਇੱਕ ਵਾਰ ਫੇਰ ਅਸੀਂ ਵੇਖਾਂਗੇ ਪੰਜਾਬੀ ਫਿਲਮ ਫਿਲਮ ਦੇ ਜ਼ਰੀਏ ਕੀ ਖਾਸ ਹੈ ਇਸ ਮੂਵੀ ਦੇ ਵਿੱਚ ਬਸ ਸਭ ਤੋਂ ਪਹਿਲਾਂ ਦੇ ਕਹਾਂਗੇ ਤੁਹਾਡੀਆਂ ਸਭ ਦੀਆਂ ਦੁਆਵਾਂ ਨੇ ਕਿ ਮੈਨੂੰ ਫਿਰ ਦੁਬਾਰਾ ਕੰਮ ਮਿਲ ਰਿਹਾ ਹੈ ਉਹ ਪੰਜਾਬੀ ਫਿਲਮ ਚ ਫੇਰ ਸ਼ੁਰੂਆਤ ਵੀ ਚੰਨ ਪਰਦੇਸੀ ਤੋਂ ਕੀਤੀ ਸੀ ਤੂੰ ਮੈਂ ਇਸ ਫਿਲਮ ਦੇ ਵਿੱਚ ਤੁਸੀਂ ਪੁੱਛਿਆ ਖਾਸ ਕੀ ਹੈ ਅ ਤਿੰਨ ਚੀਜ਼ਾਂ ਮੈਂ ਕਹਾਂਗਾ ਇਸ ਫਿਲਮ ਦੇ ਬਾਰੇ ਇੱਕ ਤੇ ਸਭ ਤੋਂ ਪਹਿਲਾਂ ਤੇ ਕਿ ਪੰਜਾਬੀ ਦੇ ਵਿੱਚ ਪਹਿਲੀ ਹਾਰਰ ਫਿਲਮ ਬਣ ਰਹੀ ਹੈ ਦੂਸਰਾ ਮੈਂ ਕਹਾਂਗਾ ਕਿ ਇਹ ਫਿਲਮ ਚ ਤੁਸੀਂ ਜੋ ਟਾਈਟਲ ਹੈ ਪੂਤਕਲ ਤੁਸੀਂ ਗ੍ਰੇਟ ਹੋ ਤੇ ਪੂਤ ਦਾ ਨਾਸ ਹੁੰਦੇ ਇਹ ਬੰਦਾ ਡਰ ਜਾਂਦਾ ਹੈ ਕਿਤੇ ਚਮੜੀ ਨਾ ਜਾਏ ਕੋ ਡਰਾਉਣਾ ਜਿਆ ਚੀਜ਼ ਹੋਏਗੀ ਇਹ ਕਮਾਲ ਦਾ ਭੂਤੇ ਇਹ ਬੜਾ ਨੇਕ ਭੂਤੇ ਤੇ ਇਹ ਡਰਾਮਾ ਘਟੇ ਆਸਾਂ ਦਾ ਜ਼ਿਆਦਾ ਹੈ ਤੇ ਇਸ ਫਿਲਮ ਦਾ ਜਨਰ ਜਿਹੜਾ ਹੈ ਉਹ ਕਮੇਡੀ ਹੈ ਫੈਮਿਲੀ ਡਰਾਮਾ ਹੈ ਈਮੋਸ਼ਨ ਨੇ اور ਦੋ ਲਾਈਨਾਂ ਜੇਕਰ ਪੁੱਛੋ ਮਨੂੰ ਤੇ ਫਿਲਮੇ ਨੇਕ ਨiyet ਵਰਸਸ ਬਦ ਨiyet ਇੱਕ ਪਰਿਵਾਰ ਐ ਐਨਆਰਆਈ ਪਰਿਵਾਰ ਐ ਬਰਵਾਂ ਦਾ ਹੈ ਔਰ ਅਨੰਦਪੁਰ ਸਾਹਿਬ ਜਾ ਕੇ ਮਠਾ ਟੇਕਦੇ ਤੇ ਸੇਵਾ ਲੈਂਦਾ ਹੈ ਕਿ ਮੇਰੇ ਬਜ਼ੁਰਗਾਂ ਨੇ ਇੱਕ ਸੁਪਨਾ ਲਿਆ ਸੀ ਕਿਸੀ ਆਪਣੀ ਜ਼ਮੀਨ ਦੇ ਉੱਤੇ ਇੱਕ ਐਸਾ ਹਸਪਤਾਲ ਬਣਾਈਏ ਜਿੱਥੇ ਗਰੀਬਾਂ ਦਾ ਮੁਫਤ ਇਲਾਜ ਹੋਵੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰਦਾ ਹੈ ਉੱਥੇ ਫਿਰ ਟੈਨਸ਼ਨਾਂ ਲੜਾਈ ਝਗੜੇ ਹੁੰਦੇ ਨੇ ਕਿ ਕਿੱਥੋਂ ਆ ਗਿਆ ਵਾਪਿਸ ਇਤਬਾਰ ਰਹਿੰਦਾ ਸੀ ਇਹਨਾਂ 15-20 ਸਾਲ ਉੱਥੇ ਰਿਹਾ ਉਹਨਾਂ ਆ ਫੇਰ ਵਾਪਿਸ ਆ ਗਿਆ ਆਪਣੀ ਜ਼ਮੀਨ ਦੀ ਗੱਲ ਕਰਨ ਤੇ ਸਾਰੇ ਪਰਿਵਾਰ ਦਾ ਕਤਲ ਹੋ ਜਾਂਦਾ ਹੈ ਲੇਕਿਨ ਜਿਵੇਂ ਪੰਜਾਬੀ ਦਾ ਹੁੰਦਾ ਹੈ ਨਾ ਕਿ ਪੰਜਾਬੀ ਕਹਿੰਦਾ ਵੀਰ ਮੇਰਾ ਪ੍ਰਾਮਅ ਵਚਨ ਦਿਨਾ ਕਿ ਮੈਂ ਮਰ ਕੇ ਵੀ ਇਹ ਵਚਨ ਨਿਭਾਵਾਂਗਾ ਬਸ ਉਹੀ ਇਸ ਫਿਲਮ ਦੀ ਕਹਾਣੀ ਔਰ ਮਰ ਕੇ ਵੀ ਉਹ ਕਾਲ ਪੂਰਾ ਕਰ ਦੇਨੇ ਆਪਣੇ ਬਜ਼ੁਰਗਾਂ ਦੇ ਜੋ ਸੁਪਨਾ ਸੀ ਤੇ ਜੋ ਆਪਣੇ ਗੁਰੂਆਂ ਕੋਲੋਂ ਸੇਵਾ ਮੰਗ ਕੇ ਆਇਸਨ ਨੂੰ ਪੂਰਾ ਕਰ ਦੇਨੇ ਉਰੇ теаਸਪੋਟਲ ਬੰਦਾ ਸਾਰਾ ਖੀਲਾ ਸਵਾਲ ਮੈਂ ਪੁੱਛੂੰਗੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਕਾਮੇਡੀ ਦਾ ਇੱਕ ਜਨਰ ਚੱਲਦਾ ਰਿਹਾ ਹੈ ਨਾ ਹੁਣ ਆਪਾਂ ਉਹਦੇ ਵਿੱਚ ਕੀ ਨਵਾਂ ਤੜਕਾ ਲਗਾ ਰਿਆ ਹਾਰਰ ਲੈ ਕੇ ਆ ਰਿਆ ਤੁਹਾਨੂੰ ਕੀ ਲੱਗਦਾ ਕਿ ਹੋਰ ਕੀ ਕੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਫਿਲਮਾਂ ਨੂੰ ਹੋਰ ਕਿੱਦਾਂ ਦੇ ਥੀਮ ਲੈ ਕੇ ਆਉਣੇ ਚਾਹੀਦੇ ਨੇ ਦੇਖਿਓ ਅੱਗੇ ਆ ਕੇ ਵੈਰਾਈਟੀਆਂ ਦਾ ਵੇਰੀਏਸ਼ਨ ਤੇ ਬਹੁਤ ਮਿਲਣਗੇ ਲੇਕਿਨ ਹੁਣ ਇੱਕ ਚੀਜ਼ ਸਾਹਮਣੇ ਆਈ ਹੈ ਔਰ ਬਹੁਤ ਹੀ ਟੈਸਟਡ ਫਾਰਮੂਲਾ ਕਹ ਲੋ ਯਾ ਕਿ ਹਾਲੀਵੁੱਡ ਹੋਵੇ ਜਾਂ ਬਾਲੀਵੁੱਡ ਹੋਵੇ ਟਾਲੀਵੁੱਡ ਸਾਉਤੀਆਂ ਫਿਲਮਾਂ ਹੋਣ ਹਾਰਰ ਹਮੇਸ਼ਾ ਹਿਟ ਰਿਹਾ ਹੈ ਹਾਲੀਵੁੱਡ ਚ ਵੀ ਤੇ ਬਾਲੀਵੁੱਡ ਚ ਵੀ ਪੁਰਾਣੀ ਪੁਰਾਣੀਆਂ ਫਿਲਮਾਂ ਵੇਖੋ ਅਜ ਤੱਕ ਵੀ ਚੱਲੀ ਆ ਰਹੀਆਂ ਨੇ ਕੋਹਰਾ 20 ਸਾਲ ਆ ਮਮ ਇਹੋ ਜੀਆਂ ਫਿਲਮਾਂ ਜਿਹੜੀਆਂ ਰਹੀਆਂ ਨੇ ਉਹ ਔਰ ਬੜੀਆਂ-ਬੜੀਆਂ ਸਟਾਰ ਕਾਸਟ ਦੇ ਨਾਲ ਇਹ ਫਿਲਮਾਂ ਚੱਲਦੀਆਂ ਇਹ ਫਿਲਮ ਦਾ ਜੋ ਲੱਗਦਾ ਹੈ ਕਿ ਅਗਰ ਪੰਜਾਬੀ ਆਡੀਅנס ਨੇ ਇਸ ਨੂੰ ਲਾਈਕ ਕੀਤਾ ਤੇ ਪੰਜਾਬ ਪੰਜਾਬੀ ਸਿਨੇਮਾ ਨੂੰ ਨਈ ਨਈ ਜਨਰ ਮਿਲੇਗਾ ਉਹਦੇ ਬਾਅਦ ਐ ਮਿਲੇਗਾ ਤੇ ਕੁਝ ਹੋਰ ਅੱਗੇ ਜਾਏ ਬਹੁਤ ਬਹੁਤ ਸ਼ੁਕਰੀਆ ਸੋਇਸਨ ਸਾਡੇ ਨਾਲ ਪੂਤੰਕਲ ਜੀ ਗ੍ਰੇਟ ਹੋ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਆਏ ਹੋਏ ਮਸ਼ਹੂਰ ਰਾਜ ਬੱਬਰ ਜੀ ਜਿਨ੍ਹਾਂ ਨੇ ਦੱਸਿਆ ਕਿ ਫਿਲਮ ਦੇ ਵਿੱਚ ਬਹੁਤ ਕੁਝ ਖਾਸ ਹੈ ਔਰ ਦਰਸ਼ਕਾਂ ਦਾ ਜਿਹੜਾ ਐਂਟਰਟੇਨਮੈਂਟ ਵੀ ਪੂਰਾ ਜ਼ਰੂਰ ਜਾਓ ਥੀਏਟਰ ਦੇ ਵਿੱਚ ਇਸ ਫਿਲਮ ਨੂੰ ਜ਼ਰੂਰ ਦੇਖੋ ਜਾ ਕਿਉਂਕਿ ਕਾਫੀ ਕੁਝ ਖਾਸ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਸੋ ਲਓ ਜੀ ਹੁਣ ਗੱਲ ਕਰਦੇ ਆਂ ਪੂਤ ਅੰਕਲ ਤੁਸੀਂ ਗ੍ਰੇਟ ਓ ਇਸ ਫਿਲਮ ਦੀ ਹੀਰੋਇਨ ਔਰ ਜਿਹੜੀ ਕਿ ਮੇਨ ਕਿਰਦਾਰ ਹੈ ਪੂਤਨੀ ਔਰ ਜਿਹੜੀ ਕਿ ਤੁਸੀਂ ਮੈਂ ਕਹੂੰਗੀ ਕਿ ਟ੍ਰੇਲਰ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਸਾਰੇ ਚਪੇੜਾਂ ਵੀ ਮਾਰਦੇ ਨੇ ਹਰ ਇੱਕ ਕਰੈਕਟਰ ਨੂੰ ਇਸ ਫਿਲਮ ਦੇ ਵਿੱਚ ਉਹ ਸਾਡੇ ਨਾਲ ਨੇ ਮੈਡਮ ਇਹਾਨਾ ਜੀ ਲਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਮੈਡਮ ਇਸ ਫਿਲਮ ਦੇ ਵਿੱਚ ਤੁਹਾਡਾ ਜਿਹੜਾ ਮੇਨ ਰੋਲ ਹੈ ਹਨਾ ਉਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਨਿਭਾਇਆ ਦੀਵ ਨੇ ਤੁਸੀਂ ਹੁਣੇ ਇੰਟਰੋਡਕਸ਼ਨ ਦੇ ਰਹੇ ਸੀਗੇ ਨਾ ਚਪੇੜਾ ਮਾਰੀਆਂ ਸਪੂਤ ਹੋਣ ਦਾ ਨਾ ਇੱਕ ਫਾਇਦਾ ਬਹੁਤ ਹੁੰਦਾ ਹੈ ਕਿ ਉਹ ਪੂਤ ਕਿਸੇ ਨੂੰ ਵੀ ਕੁੱਟ ਸਕਦਾ ਹੈ ਸੋ ਮੇਰਾ ਕੈਰੈਕਟਰ ਬਹੁਤ ਇੰਟਰਸਟਿੰਗ ਕੈਰੈਕਟਰ ਹੈ ਮੇਰੀ ਪੰਜਾਬ ਦੇ ਵਿੱਚ ਮੈਨੂੰ ਇੱਕ ਬਹੁਤ ਡਿਫੈਂਸ ਆਨਰ ਦੀ ਫਿਲਮ ਕਰਨ ਦਾ ਮੌਕਾ ਮਿਲਿਆ ਇੱਕ ਹਾਰਰ ਪਿਕਚਰ ਹੈ ਜਿਵੇਂ ਪੂਤ ਅੰਕਲ ਤੁਸੀਂ ਗ੍ਰੇਟ ਆ ਟਾਈਟਲ ਤੋਂ ਤੁਹਾਨੂੰ ਗੈਸ ਹੋ ਰਿਹਾ ਹੋਵੇਗਾ ਸੋ ਮੇਰੇ ਲਈ ਇਹ ਪਹਿਲੀ ਹਾਰਰ ਆਨਰ ਦੀ ਪਿਕਚਰ ਹੈ ਐਂਡ ਉਹਦੇ ਵਿੱਚ ਦਬਾ ਕੇ ਐਕਸ਼ਨ ਹੈ ਸੋ ਮੇਰੀ ਪਹਿਲੀ ਐਕਸ਼ਨ ਫਿਲਮ ਹੈ ਸੋ ਮੈਨੂੰ ਬਹੁਤ ਮਜ਼ਾ ਆਇਆ ਕੇਸੀ ਬੁਗਾੜੀਆ ਸਰ ਡਾਇਰੈਕਟਰ ਪ੍ਰੋਡਿਊਸਰ ਨੇ ਉਹਨਾਂ ਦੇ ਨਾਲ ਕੰਮ ਕਰਨ ਨੂੰ ਬਹੁਤ ਮਜ਼ਾ ਆਇਆ ਐਂਡ ਦੈਨ ਜਿਵੇਂ ਸਾਡੇ ਨਾਲ ਨੇ ਰਾਜਵ ਬਬਸਰ ਨੇ ਜਾਂ ਪ੍ਰਦਾ ਮੈਮ ਨੇ ਸੋ ਇਨ ਸੀਨੀਅਰ ਐਕਟਰਸ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਉਹਨਾਂ ਤੋਂ ਐਂਡ ਯੂ نو ਪਹਿਲਾਂ ਤਾਂ ਲਾਈਕ ਯੂ نو ਸਾਰੇ ਨਰਵਸ ਵੀ ਹੁੰਦੇ ਆ ਬਟ ਯੂ نو ਦੇ ਆਲ ਆ ਲਾਈਕ ਅਮੇਜ਼ਿੰਗ ਪਰਫਾਰਮਰਸ ਸੋ ਅੱਗੇ ਤੁਹਾਨੂੰ ਚੰਗੇ ਪਰਫਾਰਮਰ ਮਿਲਦੇ ਥੋੜਾ ਕੰਮ ਆਈ ਥਿੰਕ ਹੋਰ ਵੀ ਵਧੀਆ ਨਿਕਲ ਕੇ ਆਉਂਦਾ ਸੋ ਆਮ ਐਕਸ਼ਨ ਟੀਮ ਪੂਰੀ ਸਾਡੀ ਸਾਥ ਤੋਂ ਆਈ ਹੈ ਸੋ ਉਹਨਾਂ ਨੇ ਸੋਚੋ ਕਿੰਨਾ ਜ਼ਬਰਦਸਤ ਐਕਸ਼ਨ ਕਰਵਾਇਆ ਹੋਏਗਾ ਮੇਰੇ ਤੋਂ ਸੋ ਬਹੁਤ ਇੰਟਰਸਟਿੰਗ ਬਹੁਤ ਮਜ਼ਾ ਆਇਆ ਸ਼ੂਟ ਕਰਕੇ ਔਰ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਹੋਈ ਆਈ ਥਿੰਕ ਟੋਟਲ ਨੰਬਰ ਆਫ ਸ਼ੂਟ ਅਸੀਂ ਦੋ ਸਕਿਡਿਊਲ ਸ਼ੂਟ ਕੀਤੇ ਸੀਗੇ ਸੋ ਟੋਟਲ ਆਈ ਥਿੰਕ 30 ਦਿਨਾਂ 'ਚ ਖਤਮ ਹੋ ਗਿਆ ਸੀਗਾ ਸ਼ੂਟ ਜੀ ਸ਼ੂਟਿੰਗ ਕਿਹੜੇ ਏਰੀਆ ਦੇ ਵਿੱਚ ਰਹੀ ਜ਼ਿਆਦਾ ਮੂਵੀ ਸਾਰੀ ਸ਼ੂਟਿੰਗ ਸਾਡੀ ਨਾਲਾਗੜ ਫੋਰਟ ਤੇ ਹੈ ਬਿਕੋਜ਼ ਉਹ ਇਕੋ ਕਰਦੀ ਕਹਾਣੀ ਹੈ ਸੋ ਉਹਨੂੰ ਘਰ ਦਿਖਾਇਆ ਗਿਆ ਹੈ ਤੋਂ ਸਾਰਾ ਸ਼ੂਟ ਸਾਡਾ ਉੱਥ ਤੇ ਜਦੋਂ ਤੁਹਾਨੂੰ ਇਸ ਫਿਲਮ ਦੀ ਸਕ੍ਰਿਪਟ ਪਤਾ ਲੱਗੀ ਪਤਾ ਲੱਗਿਆ ਕਿ ਮੇਰਾ ਇਸ ਤਰ੍ਹਾਂ ਦਾ ਕਿਰਦਾਰ ਹੈ ਪਹਿਲਾਂ ਲੱਗਾ ਕਿ ਮੈਂ ਡਰਾ ਪਾਉਂਗੀ ਕਿ ਨਹੀਂ ਹਾਂ ਡੈਫੀਨਿਟਲੀ ਮੈਨੂੰ ਲੱਗਿਆ ਬਿਕੋਜ਼ ਨਾ ਪਰਸਨਲੀ ਆਈ ਲਵ ਹਾਰਰ ਪਿਕਚਰਸ ਮੈਂ ਸਾਰੀਆਂ ਹਾਰਰ ਪਿਕਚਰਸ ਦੇਖਦੀ ਆ ਬਟ ਜਦੋਂ ਮੈਨੂੰ ਇਸ ਦਾ ਆਫਰ ਆਇਆ ਸੋ ਹੁੰਦਾ ਮੈਨੂੰ ਇਹ ਸੀਗਾ ਕਿ ਇੱਕ ਉਹਨਾਂ ਨਾ ਕਿ ਪਿਕਚਰ ਦੇਖਣਾ ਅਲੱਗ ਹੁੰਦਾ ਹੈ ਜੋ ਤੁਸੀਂ ਹਾਰਰ ਪਿਕਚਰ ਕਰਦੇ ਹੋ ਨਾ ਲਾਈਕ ਉਹ ਜਿਵੇਂ ਮੈਂ ਹੁਣ ਹਾਰਰ ਪਿਕਚਰ ਕਰ ਉਹ ਬਹੁਤ ਡਿਫਿਕਲਟ ਹੈ ਪਰਫਾਰਮੈਂਸ ਬਹੁਤ ਡਿਫਿਕਲਟ ਹੋ ਜਾਂਦੀ ਹੈ ਬਟ ਲੱਕੀਲੀ ਇਨਾ ਮੈਨੂੰ ਟ੍ਰਬਲ ਨਹੀਂ ਆਈ ਪਰਫਾਰਮੈਂਸ ਕਰੰਸੀ ਟ੍ਰਬਲ ਨਹੀਂ ਆਈ ਬਟ ਹਾਂ ਜਦੋਂ ਮੈਨੂੰ ਆਫਰ ਆਇਆ ਸੀਗਾ ਜਦੋਂ ਬੁਕਾਰੀਆਂ ਸਰ ਨੇ ਬੋਲਿਆ ਹਾਰਰ ਪਿੱਛੇ ਆਇਆ ਸੀ ਸਰ ਮੈਂ ਕਦੀ ਹਾਰਰ ਪਿੱਛੇ ਕੀਤੀ ਨਹੀਂ ਹੈ ਸੋ ਹੀ ਸੇ ਕਿ ਤਾਂ ਕੀ ਹੋਗਾ ਤੁਸੀਂ ਐਕਟਰ ਹੋ ਤੁਸੀਂ ਕੋਈ ਵੀ ਕੈਰੈਕਟਰ ਕਰ ਸਕਦੇ ਹੋ ਅਸੇ ਕਿ ਆਈ ਐਗਰੀ ਮੈਂ ਕੋਈ ਵੀ ਕੈਰੈਕਟਰ ਕਰ ਸਕਦੀ ਹਾਂ ਪਰ ਮੈਂ ਕਦੀ ਹਾਰਰ ਪਿੱਛੇ ਕੀਤੀ ਨਹੀਂ ਹੈ ਹੀ ਸੇ ਕਿ ਕੋਈ ਕੋਈ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬੁਕਾਰੀਆਂ ਸਰ ਆਈ ਮੀਨ ਇੰਨੇ ਜ਼ਿਆਦਾ ਸਪੋਰਟਿਵ ਨੇ ਔਰ ਉਹਨਾਂ ਦਾ ਨੇਚਰ ਇੰਨਾ ਪਿਆਰਾ ਨੇਚਰ ਹੈ ਕਿ ਉੱਥੇ ਸੈੱਟ ਤੇ ਤੁਹਾਨੂੰ ਇੰਨਾ ਕੰਫਰਟੇਬਲ ਫੀਲ ਕਰਵਾ ਦਿੰਦੇ ਆ ਕਿ ਤੁਹਾਡਾ ਆਪਣੇ ਆਪ ਤੁਹਾਡੇ ਤੋਂ ਕੰਮ ਹੋ ਜਾਂਦਾ ਸੋ ਆਈ ਥਿੰਕ ਜਦੋਂ ਮੈਂ ਪਹਿਲਾ ਸੀਨ ਕੀਤਾ ਜਦੋਂ ਮੈਨੂੰ ਲੱਗਿਆ ਕਿ ਹਾਂ ਯਾਰ ਸੀਨ ਅੱਛਾ ਹੋ ਗਿਆ ਸੋ ਮੇਰੇ ਚ ਕੌਨਫੀਡੈਂਸ ਹੋਰ ਜ਼ਿਆਦਾ ਵਧ ਗਿਆ ਕਿ ਹਾਂ ਮੈਂ ਕਰ ਸਕਦੀ ਹਾਂ ਸੋ ਯਾ ਲੈਟਸ ਸੀ ਬਾਕੀ ਆਡੀਅנס ਕੀ ਕਹਿੰਦੀ ਹੈ ਅੱਛਾ ਜੀ ਲਾਸਟ ਸਵਾਲ ਕੀ ਲੱਗਦਾ ਹੈ ਇਸ ਫਿਲਮ ਦੇ ਵਿੱਚ ਲੋਕਾਂ ਨੂੰ ਕੀ ਅਲੱਗ ਦੇਖਣ ਨੂੰ ਮਿਲੇਗਾ ਜਿਹਨੂੰ ਲੋਕ ਬਹੁਤ ਇੰਜੋਏ ਕਰਨਗੇ ਸੀ ਦੋ ਚੀਜ਼ਾਂ ਨੇ ਇੱਕ ਤਾਂ ਪੰਜਾਬ ਦੇ ਵਿੱਚ ਇਹ ਪਹਿਲੀ ਹਾਰਰ ਫਿਲਮ ਹੈ ਹਰੇਕ ਤੱਕ ਪੰਜਾਬ ਦੇ ਵਿੱਚ ਹਾਰਰ ਫਿਲਮ ਐਦਾਂ ਦੀ ਕੋਈ ਆਈ ਨਹੀਂ ਹੈ ਐਂਡ ਕੀਸੀ ਬੁਕਾਰਿਆ ਸਰ ਦੀ ਪਹਿਲੀ ਪੰਜਾਬੀ ਫਿਲਮ ਹੈ ਉਹਨਾਂ ਨੇ ਫਿਰ ਵੀ ਇੱਕ ਯੂ ਨੋ ਇਨੀਸ਼ੀਏਟਿਵ ਕੀਤਾ ਪੰਜਾਬੀ ਫਿਲਮ ਬਣਾਉਣ ਦਾ ਐਂਡ ਰਾਜ ਬੱਬਰ ਸਰ ਨੇ ਜਿਆ ਪ੍ਰਧਮ ਐਮ ਦੀ ਪਹਿਲੀ ਫਿਲਮ ਹੈ ਸੋ ਹਾਰਰ ਜ਼ੋਨਰ ਹੈ ਪਰ ਇਟਸ ਨੋਟ ਓਨਲੀ ਹਾਰਰ ਉਹਦੇ ਵਿੱਚ ਕਮੇਡੀ ਵੀ ਭਰ ਭਰ ਕੇ ਕਮੇਡੀ ਹੈ ਉਹਦੇ ਵਿੱਚ ਉਹਦੇ ਵਿੱਚ ਇਮੋਸ਼ਨ ਬਹੁਤ ਨੇ ਫਿਲਮ ਦੇ ਵਿੱਚ ਇਮੋਸ਼ਨ ਬਹੁਤ ਨੇ ਐਂਡ ਆਈ ਥਿੰਕ ਜੋ ਮੈਨੂੰ ਲੱਗਦਾ USB ਹੈਗੇ ਜਿਹੜੀ ਮੂਵੀ ਦੀ ਬੱਚਿਆਂ ਦੇ ਕੈਰੈਕਟਰ ਬਹੁਤ ਅੱਛੇ ਨੇ ਸੋ ਇਹ ਉਸ ਜਨਰ ਦੀ ਫਿਲਮ ਹੈ ਜਿਹੜੀ ਬੱਚਿਆਂ ਤੋਂ ਲੈ ਕੇ ਹਰ ਏਜ ਗਰੁੱਪ ਦੇਖਣਾ ਚਾਹੇਗਾ ਐਂਡ ਦੇ ਉਹ ਦੇਖ ਸਕਦੇ ਨੇ ਸੋ ਦੈਟਸ ਆਈ ਥਿੰਕ USB ਆਫ ਦ ਮੂਵੀ ਸੋ ਫਿਲਮ ਬਹੁਤ ਅੱਛੀ ਬਣੀ ਹੈ ਸੋ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਟ੍ਰੇਲਰ ਦਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸੋ ਆਮ ਸ਼ੂਰ ਲੋਕਾਂ ਨੂੰ ਪਸੰਦ ਆਏਗੀ ਬਹੁਤ ਬਹੁਤ ਸ਼ੁਕਰੀਆ ਮੈਮ ਐਚਐਸਐਨ ਟੀਵੀ ਦੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹ ਸਨ ਫਿਲਮ ਦੀ ਸਟਾਰ ਕਾਸ ਦੇ ਵਿੱਚੋਂ ਮੇਨ ਕਿਰਦਾਰ ਜਿਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਦੇ ਵਿੱਚ ਬਹੁਤ ਕੁਝ ਅਲੱਗ ਹੈ ਔਰ ਬਹੁਤ ਕੁਝ ਉਹਨਾਂ ਨੇ ਵੀ ਸਿੱਖਿਆ ਤੇ ਦਰਸ਼ਕ ਵੀ ਇਸ ਫਿਲਮ ਨੂੰ ਦੇਖ ਕੇ ਕਾਫੀ ਇੰਜੋਏ ਕਰਨਗੇ। ਲਓ ਜੀ ਹੁਣ ਗੱਲ ਕਰਦੇ ਆ ਇਸ ਫਿਲਮ ਦੇ ਇੱਕ ਅਹਿਮ ਕਿਰਦਾਰ ਦੇ ਨਾਲ ਗੁਰਪ੍ਰੀਤ ਕੁੱਕੀ ਜੀ ਨੇ ਇਸ ਫਿਲਮ ਦੇ ਵਿੱਚ ਰੋਲ ਨਿਭਾਇਆ। ਕਮੇਡੀਅਨ ਨੇ ਬਹੁਤ ਵਧੀਆ ਕਲਾਕਾਰ ਵੀ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਆਪਾਂ ਉਹਨਾਂ ਨੂੰ ਵੇਖਦੇ ਆ। ਸੋ ਪੂਤ ਅੰਕਰ ਜੀ ਤੁਸੀਂ ਗ੍ਰੇਟ ਵੈਸ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਰ ਕਿਸ ਤਰ੍ਹਾਂ ਦਾ ਕਿਰਦਾਰ ਹੈ ਹੁਣ ਇਸ ਫਿਲਮ ਦੇ ਵਿੱਚ ਦੇਖੋ ਫਿਲਮ ਦਾ ਨਾਇ ਭੂਤ ਅੰਕਲ ਤੁਸੀਂ ਗ੍ਰੇਟ ਹੋ ਤੇ ਮੇਰਾ ਹੀ ਕਰੈਕਟਰ ਹੈ ਜਿਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਇਹ ਭੂਤ ਅੰਕਲ ਤਾਂ ਗ੍ਰੇਟ ਹੈ ਹੈਨਾ ਜੀ ਤੋ ਫਿਲਮ ਦਾ ਇੱਕ ਬੜਾ ਇੰਪੋਰਟੈਂਟ ਕਰੈਕਟਰ ਹੈ ਜਿਹੜਾ ਇੱਕ ਸੂਤਰਧਾਰ کہہ ਸਕਦੇ ਆ ਫਿਲਮ ਦਾ ਜਿਹਦੇ ਜਿਹਦੇ ਨਾਲ ਨਾਲ ਫਿਲਮ ਲਪੇਟੀ ਹੋਈ ਹੈ ਇਹ ਕਰੈਕਟਰ ਇੰਨਾ ਬੁਕਾੜੀ ਸਾਹਿਬ ਨੇ ਅਹਿਮ ਕਰੈਕਟਰ ਮੈਨੂੰ ਇਹਦੇ ਵਿੱਚ ਦਿੱਤਾ ਹੈ ਮੈਨੂੰ ਲੱਗਦਾ ਇੱਕ ਨਵੀਂ ਚੀਜ਼ ਹੋਏਗੀ ਲੋਕਾਂ ਵਾਸਤੇ अच्छा ट्रेलर ਦੇ ਵਿੱਚ ਤੇ ਆਪਾਂ ਇੱਕ ਲੜਕੀ ਨੂੰ ਦੇਖਦੇ ਆ ਨਾ ਕਿ ਉਹ ਸਭ ਨੂੰ ਚਪੇੜਾ ਮਾਰ ਰਹੀ ਹੈ ਪਰ ਨਾ ਮੈਂ ਭੂਤ ਅੰਕਲ ਉਹ ਚ ਆਂਟੀ ਨਹੀਂ ਹੈਗਾ ਇਹ ਕੀ ਇਹ ਕੀ ਕਨਫਿਊਜ਼ਨ ਹੈ ਕਿਉਂਕਿ ਆਂਟੀ ਸਾਹੂਆ ਮਾਰਦੀ ਨਹੀਂ ਚਪੇੜਾ ਕਿਸੇ ਨੂੰ ਸੋ ਗੱਲ ਹਾਂ ਨਹੀਂ ਅੰਕਲ ਵੀ ਨਹੀਂ ਮਾਰਦੇ ਤੁਸੀਂ ਫਿਲਮ ਦੇਖੋਗੇ ਫਿਰ ਪਤਾ ਲੱਗੇਗਾ ਪਰ ਉਹ ਕਿਉਂਕਿ ਜਿਹੜਾ ਹੈ ਫਿਲਮ ਦੇ ਵਿੱਚ ਥ੍ਰਿਲ ਆਉਂਦਾ ਹੈ ਜਾਂ ਜਿੱਥੇ ਐਕਸ਼ਨ ਆਉਂਦਾ ਹੈ ਜਾਂ ਥੋੜਾ ਟੈਰਰ ਖੋਫ ਪੈਦਾ ਹੁੰਦਾ ਉਹ ਇਹ ਹਨਾ ਦੇ ਕੈਰੈਕਟਰ ਦੇ ਨਾਲ ਆਉਂਦਾ ਇਸ ਕਰਕੇ ਟ੍ਰੇਲਰ ਦੇ ਵਿੱਚ ਜ਼ਿਆਦਾ ਸ਼ਾਰਟਸ ਤੁਹਾਨੂੰ ਉਹਨਾਂ ਦੇ ਦੇਖਣ ਨੂੰ ਮਿਲ ਰਹੇ ਨੇ ਪਰ ਫਿਲਮ ਬੜੀ ਕਮਾਲ ਦੀ ਹੈ ਬੜੀ ਡਿਫਰੈਂਟ ਸਟੋਰੀ ਹੈ ਡਿਫਰੈਂਟ ਟ੍ਰੀਟਮੈਂਟ ਹੈ ਫਿਲਮ ਦਾ ਅੱਛਾ ਬੜੀ ਧੀਰ ਤੋਂ ਆਪਾਂ ਦੇਖ ਰਹੇ ਸੀ ਪੰਜਾਬੀ ਸਿਨੇਮਾ ਦੇ ਵਿੱਚ ਕਾਮੇਡੀ ਦਾ ਜਿਹੜਾ ਇੱਕ ਲਹਿਰ ਚੱਲ ਰਹੀ ਸੀ ਹਨਾ ਉਹਦੇ ਵਿੱਚ ਹੁਣ ਹਾਰਰ ਆਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਫਿਲਮਾਂ 'ਚ ਹੋਰ ਕੀ ਡਿਫਰੈਂਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਹਾਂ ਬਿਲਕੁਲ ਜੀ ਯੂਥ ਔਰੀਐਂਟਡ ਫਿਲਮਾਂ ਦੀ ਅਜੇ ਬਹੁਤ ਕਮੀ ਹੈ ਜਿਹਦੇ 'ਚ ਯੂਥ ਦੀਆਂ ਪ੍ਰੋਬਲਮਸ ਔਰ ਯੂਥ ਦਾ ਅੱਜ ਹੌਣਾਂ ਤੇ ਬੇਸਡ ਫਿਲਮਾਂ ਬਣ ਸਕਦੀਆਂ ਨੇ ਜਿਹੜਾ ਜੇ ਮੈਨੂੰ ਲੱਗਦਾ ਤੇ ਇੱਕ ਫੇਰ ਅਜੇ ਆਪਾਂ ਹੁਣ ਫੈਮਿਲੀ ਡਰਾਮਾ ਮਿਸ ਕਰਨ ਲੱਗ ਗਏ ਆ ਮਨਮੋਹਨ ਜੀ ਦੇ ਟਾਈਮ ਤੇ ਜਦੋਂ ਸਦਾ ਮਨਮੋਹਨ ਸਿੰਘ ਫਿਲਮਾਂ ਬਣਾਉਂਦੇ ਸੀ ਫੈਮਿਲੀ ਡਰਾਮਾ ਬਹੁਤ ਵਧੀਆ ਤਰੀਕੇ ਨਾਲ ਉਜਾਗਰ ਹੋਇਆ ਸੀ ਹੁਣ ਮੈਂ ਫੇਰ ਫੈਮਿਲੀ ਡਰਾਮੇ ਨੂੰ ਮਿਸ ਕਰ ਰਿਹਾ ਮੈਂ ਪੈਟ੍ਰੀਓਟਿਕ ਸਬਜੈਕਟਸ ਨੂੰ ਇਹਦੇ ਵਿੱਚ ਮਿਸ ਕਰ ਰਿਹਾ ਔਰ ਬਹੁਤ ਸਾਰੀਆਂ ਸੋਸ਼ਲ ਕਟਨਾਵਾ ਜਾਂ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅਸੀਂ ਮਿਸ ਕਰ ਰਹੇ ਆ ਔਰ ਤੁਸੀਂ ਦੇਖੋ ਕਿ ਇਤਿਹਾਸਕ ਫਿਲਮਾਂ ਦੀ ਬਹੁਤ ਜ਼ਿਆਦਾ ਕਮੀ ਹੈ ਪੰਜਾਬੀ ਸਿਨੇਮੇ ਚ ਇਹ ਸਾਰੇ ਸਬਜੈਕਟ ਨੇ ਮੈਂ ਤੁਹਾਨੂੰ 6-7 ਤਾਂ ਗਿਨਾਤੇ ਜਿਨ੍ਹਾਂ ਤੇ ਅਜੇ ਕੰਮ ਹੋਣਾ ਚਾਹੀਦਾ ਜਿਨ੍ਹਾਂ ਤੇ ਕੰਮ ਵਾਲੇ ਟਾਈਮ ਚ ਹੋਣਾ ਚਾਹੀਦਾ ਹੈ আচ্ছা ਸਰ ਇੱਕ ਕੁਸ਼ਨ ਮੈਂ ਪੁੱਛੂੰਗੀ ਬਾਲੀਵੁੱਡ ਦੇ ਵੱਲੋਂ ਨਾ ਕੁਝ ਫਿਲਮਾਂ ਪੰਜਾਬ ਦੇ ਉੱਤੇ ਇਸ ਤਰ੍ਹਾਂ ਦੀਆਂ ਬਣ ਰਹੀਆਂ ਨੇ ਜਿਦੇ ਵਿੱਚ ਇਹ ਦਿਖਾਇਆ ਜਾਂਦਾ ਕਿ ਪੰਜਾਬ ਚ ਸਿਰਫ ਨਸ਼ਾਈ ਨਸ਼ਾ ਹੈ ਹੋਰ ਕੋਈ ਚੀਜ਼ ਨਹੀਂ ਹੈ ਪਹਿਲਾਂ ਉੜਤਾ ਪੰਜਾਬ ਵੀ ਬਣੀ ਸੀ ਹੁਣ ਪਿੱਛੇ ਜੀ ਵੀ ਇੱਕ ਫਿਲਮ ਆਈ ਜਿਹਦੇ ਵਿੱਚ ਜਾਨਵੀ ਕਪੂਰ ਜੀ ਨੇ ਕੰਮ ਕੀਤਾ ਸੋ ਉਹਨੂੰ ਲੈ ਕੇ ਵੀ ਕਾਫੀ ਜਿਹੜੇ ਵਿਵਾਦ ਖੜੇ ਹੋਏ ਸੀ ਤੁਹਾਨੂੰ ਲੱਗਦਾ ਹੈ ਕਿ ਸੱਚੇ ਦੇ ਵਿੱਚ ਬਾਲੀਵੁੱਡ ਜਿਹੜਾ ਇਸ ਤਰ੍ਹਾਂ ਦੀਆਂ ਫਿਲਮਾਂ ਵਿਖਾ ਕੇ ਪੰਜਾਬ ਨੂੰ ਇੱਕ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ ਜਾਂ ਕੁਝ ਐਦਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਸੋਲੂਸ਼ਨ ਦਿੱਤਾ ਜਾਵੇ ਸਿਰਫ ਸਮੱਸਿਆ ਹੀ ਨਾ ਦਿਖਾਈ ਜਾਵੇ ਆ ਦੇਖੋ ਮੈਂ ਪਹਿਲੀ ਗੱਲ ਤਾਂ ਇਹ ਨਹੀਂ ਮੰਨਦਾ ਕਿ ਸਿਰਫ ਪੰਜਾਬ ਨੂੰ ਨੈਗੇਟਿਵ ਦਿਖਾਉਣ ਵਾਲੀਆਂ ਫਿਲਮਾਂ ਬਣ ਰਹੀਆਂ ਹੁਣੇ ਪਿੱਛੇ ਜੇ ਉਧਮ ਫਿਲਮ ਵੀ ਬੜੀ ਜ਼ਬਰਦਸਤ ਫਿਲਮ ਬਣੀ ਸੀ ਤਾਂ ਉਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਉੱਤੇ ਤਿੰਨ ਫਿਲਮਾਂ ਹਿੰਦੀ 'ਚ ਇਕੱਠੀਆਂ ਹੀ ਬਣੀਆਂ ਸੀ ਸੋ ਉਸ ਤੋਂ ਬਾਅਦ ਜੇ ਭਾਗ ਮਿਲਖਾ ਭਾਗ ਦੀ ਗੱਲ ਕਰੀਏ ਤੇ ਮਿਲਖਾ ਸਿੰਘ ਨੂੰ ਗਲੋਰੀਫਾਈ ਕੀਤਾ ਗਿਆ ਸੀ ਬੜੇ ਵਧੀਆ ਤਰੀਕੇ ਨਾਲ ਔਰ ਹੋਰ ਬਹੁਤ ਸਾਰੇ ਸਬਜੈਕਟ ਨੇ ਜਿਦੇ ਵਿੱਚ ਪੰਜਾਬ ਨੂੰ ਗਲੋਰੀਫਾਈ ਵੀ ਕੀਤਾ ਜਾਂਦਾ ਔਰ ਇਹਦਾ ਰੀਅਲ ਇਤਿਹਾਸ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੰਜਾਬ ਦੀ ਸਪਿਰਿਟ ਨੂੰ ਬਹੁਤ ਸਾਰੀਆਂ ਫਿਲਮਾਂ 'ਚ ਪੋਜ਼ਿਟਿਵ ਵੀ ਦਿਖਾਇਆ ਜਾਂਦਾ ਕਿ ਕਿਵੇਂ ਪਗੜੀ ਧਾਰੀ ਲੋਕ ਲੋਕਾਂ ਲਈ ਮਦਦ ਲਈ ਖੜੇ ਹੁੰਦੇ ਨੇ ਜਾਂ ਪੰਜਾਬੀ ਲੋਕ ਕਿਵੇਂ ਲੋਕਾਂ ਲਈ ਸੇਵਾ ਭਾਵਨਾ 'ਚ ਖੜੇ ਨੇ ਹਾਂ ਕਈ ਵਾਰੀ ਕਿਉਂਕਿ ਸਿਰਫ ਕਈ ਲੋਕਾਂ ਦੇ ਦਿਮਾਗ 'ਚ ਬਿਜ਼ਨਸ ਹੁੰਦਾ ਹੈ ਪੈਸਾ ਕਮਾਉਣਾ ਹੁੰਦਾ ਹੈ ਤਾਂ ਉਹ ਆਪਣੇ ਨਜ਼ਰੀਏ ਤੋਂ ਕਿਸੇ ਸਟੇਟ ਨੂੰ ਦੇਖਦੇ ਨੇ ਫਿਰ ਉਦਾਂ ਹੀ ਲੋਕਾਂ ਨੂੰ ਦਿਖਾ ਦਿੰਦੇ ਨੇ ਇਹ ਮੁੱਦਾ ਸਿਰਫ ਸਟੇਟ ਦਾ ਨਹੀਂ ਹੈ ਮੁੱਦਾ ਇੱਕ ਰੇਸ ਦਾ ਹੈ ਪੰਜਾਬੀ ਸਮਾਜ ਦਾ ਮੁੱਦਾ ਹੈ ਸੋ ਤੁਸੀਂ ਦੇਖੋ ਕਿ ਪਿੱਛੇ ਜੇ ਜਦੋਂ ਹਲਾ ਪਦਮਾਵਤ ਫਿਲਮ ਨੂੰ ਬਾਅਦ ਚ ਉਹ ਸਮਾਜ ਵੱਲੋਂ ਵੀ ਸ਼ਾਇਦ ਮੰਨਤਾ ਮਿਲ ਗਈ ਸੀ ਮੇਰੇ ਖਿਆਲ ਨਾਲ पर जब तक उन्हें दी तसल्ली नहीं सी होगी पद्मावत नु राजस्थान दे एक बहुत बड़े खेते ने मान्यता नहीं सी दीती क्योंकि ਤੁਸੀਂ ਇੱਕ ਸਮਾਜ ਦੇ ਅਗੇਂਸਟ ਕੋਈ ਗੱਲ ਅਗਰ ਕਰੋਗੇ ਜਾਂ ਸ਼ੱਕ ਹੋਏਗਾ ਕਿ ਸਮਾਜ ਦੇ ਅਗੇਂਸਟ ਕਿਸੇ ਦੇ ਤੋ ਆਪਣੇ ਹੱਕ ਲਈ ਅੱਗੇ ਆਏਗਾ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਜੇ ਇੰਟੈਂਸ਼ਨਲੀ ਜਾਂ ਸਿਰਫ ਬਿਜ਼ਨਸ ਵਾਸਤੇ 네ਗੇਟਿਵ ਕਿਤੇ ਦਿਖਾਇਆ ਜਾਏਗਾ ਤੇ ਲੋਕ ਐਕਸੈਪਟ ਨਹੀਂ ਕਰਨਗੇ ਠੀਕ ਹੈ ਜੀ ਸੋ ਇਸ ਫਿਲਮ ਦੀ ਪ੍ਰੋਮੋਸ਼ਨ ਦੇ ਜ਼ਰੀਏ ਤੁਸੀਂ ਕੀ ਸੁਣਿਆ ਦੋਗੇ ਲਖੀਰ ਦੇਖੋ ਇਹ ਫਿਲਮ ਜਿਹੜੀ ਹੈ ਮੈਂ ਹਮੇਸ਼ਾ ਕਹਿੰਦਾ ਨੇ ਸਿਰਫ ਸੁਨੇਹਾ ਦੇਣ ਵਾਸਤੇ ਨਹੀਂ ਹੁੰਦੀ ਸਨੇਹਾ ਦੇਣਾ ਉਹਦੀ ਖੂਬਸੂਰਤੀ ਹੈ ਜੇ ਵਿੱਚੋਂ ਕੋਈ ਸਨੇਹਾ ਵੀ ਦਵੇ ਫਿਲਮ ਦਾ ਕੰਮ ਹੈ ਤਾਂ ਐਂਟਰਟੇਨਮੈਂਟ ਦਾ ਕੋਈ ਸਨੇਹਾ ਜਿਹੜਾ ਸਮਝ ਲੈਣ ਉਹ ਸਿੱਖ ਲੈ ਫਿਲਮ ਦਾ ਕੰਮ ਹੈ ਐਂਟਰਟੇਨਮੈਂਟ ਕਿਉਂਕਿ ਟਿਕਟ ਖਰਚ ਕੇ ਕੋਈ ਪ੍ਰੀਚਿੰਗ ਲੈਣ ਨਹੀਂ ਹੁੰਦਾ ਕਿ ਸਾਨੂੰ ਸਿਖਿਆ ਦਿਓ ਹਨਾ ਜੀ ਸਾਰਾ ਟੱਬਰ ਨੇ 6 ਜਣੇ ਦੀ ਟਿਕਟ ਲਈ ਹੋਵੇ ਤੇ ਵਿੱਚ ਅਸੀਂ ਕਹੀਏ ਜੀ ਨੇਕ ਕੰਮ ਕਰੋ ਨੇਕ ਬਣੋ ਉਹ ਕਹਣਗੇ ਪਾਈ ਇਹ ਸੁਣ ਲਈ ਦਰੋ ਗਾਂ ਦਾਸ ਕੀ ਹੈ ਹਨਾ ਬਟ ਇਹ ਖੂਬਸੂਰਤੀ ਹੁੰਦੀ ਹੈ ਕਿ ਸ਼ਬਦਾਂ ਦੇ ਵਿੱਚ ਜਾਂ ਸੀਨ ਦੇ ਵਿੱਚ ਪਰੋ ਕੇ ਕੋਈ ਗੱਲ ਕਹੀ ਜਾਵੇ ਉਹ ਇਸ ਫਿਲਮ ਦੇ ਵਿੱਚ ਵੀ ਤੁਹਾਨੂੰ ਕਈ ਜਗ੍ਹਾ ਤੇ ਉਹ ਮੈਸੇਜਸ ਮਿਲਣਗੇ ਇਸ ਤਰ੍ਹਾਂ ਦੇ ਬਟ ਫਿਲਮ ਫੁੱਲ ਆਫ ਐਂਟਰਟੇਨਮੈਂਟ ਹੈ ਅਰ ਪਹਿਲੀ ਵਾਰ ਹੈ ਕਿ ਲੋਕਾਂ ਨੇ ਟੈਰਰ ਜਾਂ ਜਿਹਨੂੰ ਹਾਰਰ ਕਹ ਲੋ ਖੌਫ ਖੌਫ ਅਰ ਹਾਸਾ ਇਹ ਦੋਨੋਂ ਇੱਕ 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 ਟਾਈਮ ਤੇ ਦੇਖਣੇ ਨੇ ਹਾਰਰ ਐਂਡ ਕਾਮਿਕ ਬਲੈਂਡ ਜਿਹੜਾ ਉਹ ਲੋਕਾਂ ਨੂੰ ਪਹਿਲੀ ਵਾਰੀ ਇੱਚ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਤਲਬ ਕਿ ਕੀ ਕਹਿੰਦੇ ਨੇ ਪ੍ਰੋਪਰਟੀ ਦਿਲ ਰਹੇ ਆ ਉਹ ਬਸ ਭੂਤਨੀ ਦਾ ਮਹਿਲ ਬਗਾਉਣ ਦੇ ਚੱਕਰ 'ਚ ਤੇ ਉਹ ਭੁੱਗੀ ਭਾਈ ਦਾ ਮੇਰਾ ਬੜਾ ਵਧੀਆ ਸੀਨ ਹੈ ਕੈਂਡਾ ਮਤਲਬ ਕਿ ਤੁਸੀਂ ਹੱਸ-ਹੱਸ ਕੇ ਲੂਡ-ਮੂਡ ਹੋ ਜਾਵੇ ਤੁਹਾਨੂੰ ਲੱਗੂ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਪ੍ਰੋਪਰਟੀ ਡੀਲਰ ਦਾ ਰੋਲ ਹੈ ਜਿਹੜਾ ਕਿ ਕੋਠੀ ਨੂੰ ਵਕਾਨ ਦੇ ਲਈ ਕਈ ਤਰ੍ਹਾਂ ਦੇ ਉਹਨੇ ਤੋਲ-ਮੋਲ ਕਰਨੇ ਨੇ ਫਿਲਮ ਦੇ ਵਿੱਚ ਹੈ ਹਰ ਤਰ੍ਹਾਂ ਦੇ ਤੋਲ-ਮੋਲ ਵੇਖਣ ਨੂੰ ਮਿਲਣਗੇ ਬਿਲਕੁਲ ਬਿਲਕੁਲ ਇੱਕ ਭੂਤ ਅੰਗਰਜੀ ਤੁਸੀਂ ਗ੍ਰੇਡ ਇੱਕ ਪੈਕੇਜ ਆ ਤੁਹਾਨੂੰ ਇਹ ਨਹੀਂ ਲੱਗਣਗੇ ਭੂਤ ਆ ਡਰਾਊਗਾ ਇਦਾਂ ਜਿਵੇਂ ਉਹ ਸੌਂਦਾ ਹੀ ਆ ਐਂਡ ਤੇ ਨੇਕੀ ਵੀ ਕਰਦਾ ਭੂਤ ਹੈ ਨਾ ਤੇ ਪੰਜਾਬੀ ਫਿਲਮ ਚ ਮੇਰਾ ਕਹ ਪੰਜਾਬੀ ਇੰਡਸਟਰੀ ਚ ਇਹ ਪਹਿਲੀ ਫਿਲਮ ਪੰਜਾਬੀ ਚ ਬਣੀ ਐਜ਼ ਅ ਹਾਰਰ ਮੂਵੀ ਹਾਰਰ ਮੂਵੀ ਮੈਨੂੰ ਲੱਗਦਾ ਕਿ ਲੋਕਾਂ 'ਚ ਕਾਫੀ ਡਰ ਵਾਲੀ ਫਿਲਮ ਜਿਹੜੀ ਦੇਖੀਏ ਤੇ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਲੋਕੀ ਹੁਣ ਪੁੱਛ ਵੀ ਕਰ ਰਹੇ ਆ ਪੁੱਛਦਾਸ ਵੀ ਕਰ ਰਹੇ ਆ ਕਹਿੰਦੇ ਯਾਰ ਸੰਗੇ ਇਹ ਫਿਲਮ ਵਧੀਆ ਲੱਗਦੀ ਯਾਰ ਤੇ ਹੁਣ ਜਾ ਕੇ ਪਤਾ ਲੱਗੂਗਾ ਵੀ ਕਿਵੇਂ ਤੇ ਸਾਰੇ ਆਪਣੇ ਕਮਾਲ ਦੇ ਆਰਟਿਸਟ ਨੇ ਗੁਰਪ੍ਰੀ ਕੋ ਗੀਵਾ ਜੀ ਰਾਜ ਬੱਬਰ ਜੀ ਨਬ ਬਾਜਵਾ ਜੀ ਰਹਿਣਾ ਤੇ ਆਪਣੇ ਜੈ ਪ੍ਰਤਾਜ ਜੀ ਉਹਨਾਂ ਨਾਲ ਗੱਲ ਕਰਕੇ ਬੜਾ ਵਧੀਆ ਲੱਗਾ ਯਾਰ ਮੈਂ ਇਹ ਪੁੱਛਣ ਵਾਲੀ ਸੀਗੀ ਕਿ ਹੁਣ ਤੱਕ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਡਾ ਕਾਫੀ ਨਾਮ ਰਿਹਾ ਬਹੁਤ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਇਸ ਵਾਰ ਤੁਹਾਨੂੰ ਰਾਜ ਬੱਬਰ ਜੀ ਤੇ ਜੈ ਪ੍ਰਦਾ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕੀ ਕੁਝ ਸਿੱਖਿਆ ਉਹਨਾਂ ਤੋਂ ਨਵਾਂ ਬਸ ਮੈਂ ਇਹਨਾਂ ਦਾ ਮੇਰਾ ਸੀਨ ਤਾਂ ਉਹਦਾ ਥੋੜਾ ਹੀ ਆ ਲੇਕਿਨ ਉਹਦਾ ਇਹਨਾਂ ਨੂੰ ਦੇਖ ਕੇ ਮੈਨੂੰ ਬੜਾ ਕਿਉਂਕਿ ਰਾਜ ਬੱਬਰ ਭਾਜੀ ਨੇ ਮੈਂ ਪਹਿਲਾਂ ਵੀ ਦੋ ਤਿੰਨ ਮੂਵੀਆਂ ਕੀਤੀਆਂ ਸੋ ਹਮੇਸ਼ਾ ਹੀ ਬੜਾ ਪਿਆਰ ਦਿੰਦੇ ਨੇ ਬੜਾ ਸਤਿਕਾਰ ਦਿੰਦੇ ਨੇ ਸੋ ਇਸ ਕਰਕੇ ਬਾਕੀਆਂ ਨਾ ਰਾਣਾ ਜੰਗ ਭਦਰ ਜੀ ਕਰਨ ਜੀ ਤਨੂਲ ਜੀ ਦੇਖੋ ਤੁਸੀਂ ਫਿਲਮ ਦੇਖਣ ਜਾਇਓ ਫੇਰ ਦੇਖ ਆ ਜਿਹੜੀ ਸੋਨੀ ਜੀ ਭੂਦਨੀ ਜੀ ਹੈ ਨਾ ਇਹਨੇ ਬੜੀਆਂ ਚਪੇੜਾਂ ਮਾਰੀਆਂ ਬਈ ਹਰੇਕ ਦੇ ਇਹਨੇ ਚੰਡ ਕੱਢਿਆ ਪੂਰਾ ਔਰ ਤੇ ਜਦੋਂ ਸ਼ੂਟਿੰਗ ਚੱਲੀ ਮੈਂ ਕਹਿੰਦਾ ਜਿਹਨੇ ਤੂੰ ਸੋਨੀ ਹੈ ਨਾ ਇਹਨੂੰ ਮੈਂ ਕਹਿੰਨਾ ਮੈਂ ਹੁਣ ਤਾਂ ਮੈਂ ਸੀਨ ਤਾਂ ਦੱਸਣਾ ਨਹੀਂ ਤੁਸੀਂ ਜਾ ਕੇ ਦੇਖੋਗੇ ਨਾ ਤੁਹਾਨੂੰ ਮਜ਼ਾ ਆਊਗਾ ਅੱਛਾ ਤੁਸੀਂ ਕਹਿ ਰਹੇ ਚਪੇੜਾਂ ਪਈਆਂ ਹੈਨਾ ਮੈਂ ਮੰਨ ਲਿਆ ਮੈਂ ਮੰਨ ਲੈਂਦੀ ਆ ਕਿ ਪਈਆਂ ਸ਼ੂਟਿੰਗ ਦੇ ਵਿੱਚ ਕਿੰਨੀਆਂ ਪਈਆਂ ਇਹ ਦੱਸੋ ਤੂੰ ਹੀ ਨਹੀਂ ਉੱਥੇ ਹੈਗੇ ਨਾ ਤੁਹਾਨੂੰ ਵੀ ਇਹਨੇ ਬਣਣਾ ਸੀ ਠੀਕ ਹੈ ਪਰ ਸ਼ੂਟਿੰਗ ਦੇ ਦੌਰਾਨ ਇੰਨੀ ਇੰਨੀ ਕਿੰਨੀ ਕਿਚਪੜਾ ਪਈਆ ਜਦੋਂ ਇਹ ਕਿਹਾ ਗਿਆ ਡਾਇਰੈਕਟਰ ਨੇ ਕਿ ਨਹੀਂ ਇਹ ਐਤ ਕੀ ਵਧੀਆ ਨਹੀਂ ਪਈ ਇੱਕ ਵਾਰੀ ਹੋਰ ਮਾਰ ਨਹੀਂ ਨਹੀਂ ਮੈਂ ਜਿੱਦਣ ਮੈਂ ਦੋ ਮੈਂ ਮੈਨੂੰ ਕਿ ਮੇਰਾ ਇਹਦੇ ਵਿੱਚ ਕਰੈਕਟਰ ਜਿੰਨਾ ਵੀ ਹੈ ਨਾ ਪੁਕਾਰਿਆ ਸਾਹਿਬ ਕਹਿੰਦੇ ਵੀ ਨਹੀਂ ਨਹੀਂ ਵੀ ਸੰਘਰਸ਼ ਕਰਨਾ ਯਾਰ ਮੇਰਾ ਦੋ ਤਿੰਨ ਦਿਨ ਦਾ ਕੰਮ ਸਗਾ ਲੇਕਿਨ ਬਾ ਕਮਾਲ ਸਗਾ ਮੈਨੂੰ ਬਹੁਤ ਮਜ਼ਾ ਆ ਉਹ ਨਹੀਂ ਜਿੱਦਾਂ ਕੈਰੀ ਉਹਨਾਂ ਜੱਟਾਂ ਚ ਮੇਰਾ ਇੱਕ ਸੀਨ ਹੀ ਸਗਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਲੇਕਿਨ ਸਾਰੀ ਫਿਲਮ ਇੱਕ ਪਾਸੇ ਏ ਮੈਨੂੰ ਪ੍ਰੈਸ ਰਿਪੋਰਟਰਾਂ ਦਾ ਟੈਲੀਫੋਨ ਆਉਂਦਾ ਯਾਰ ਕਹਿੰਦੇ ਸੰਗੇ ਤੇਰਾ ਹਕੀਮ ਵਾਲਾ ਯਾਰ ਇੱਕ ਪਾਸੇ ਆ ਉਹ ਕਹਿੰਦੇ ਯਾਰ ਬਾਗ ਮਾਰਾ ਇਦਾਂ ਦਾ ਹੀ ਇਹ ਦੇ ਵਿੱਚ ਅੱਛਾ ਤੁਹਾਡੀਆਂ ਜਿੰਨੀਆਂ ਵੀ ਫਿਲਮਾਂ ਤੁਸੀਂ ਦੇਖੀਆਂ ਨੇ ਹਰ ਇੱਕ ਕੈਰੈਕਟਰ ਦੇ ਵਿੱਚ ਤੁਸੀਂ ਵੜ ਕੇ ਉਸ ਕੈਰੈਕਟਰ ਨੂੰ ਨਿਭਾਇਆ ਕੋਈ ਵੀ ਰੋਲ ਹੋਵੇ ਲੱਗਦਾ ਹੈ ਕਿ ਸੱਚ ਦੇ ਵਿੱਚ ਇਹ ਕਿਰਦਾਰ ਇਦਾਂ ਦਾ ਹੀ ਹੋਊਗਾ ਤੇ ਕੀ ਕਰਦੇ ਹੋ ਨੇ ਜਦੋਂ ਤੁਹਾਨੂੰ ਸਕ੍ਰਿਪਟ ਆਉਂਦੀ ਹੈ ਸੀਨ ਦਾ ਪਤਾ ਲੱਗਦਾ ਹੈ ਕੈਰੈਕਟਰ ਦਾ ਪਤਾ ਲੱਗਦਾ ਹੈ ਕੈਰੈਕਟਰ 'ਚ ਆਉਣ ਤੱਕ ਕਿੱਦਾਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਲੈਣੇ ਹੋ ਵੈਸੇ ਇਹ ਸਵਾਲ ਮੈਂ ਉਹਨਾਂ ਲਈ ਪੁੱਛਿਆ ਉਹ ਦਰਸ਼ਕ ਸਾਡੇ ਵਧੀਆ ਉਹਨੂੰ ਸੁਣਨਗੇ ਜਿਹੜੇ ਤੁਹਾਡੇ ਬਹੁਤ ਫੈਨ ਨੇ ਔਰ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ ਨਹੀਂ ਮੈਂ ਇੱਕ ਇੱਕ ਚੀਜ਼ ਨਹੀਂ ਹੁੰਦੀ ਡਾਈ ਬਣ ਜਾਂਦੀ ਹੁੰਦੀ ਬਈ ਡਾਈ ਚ ਜਿੱਦਾਂ ਦਾ ਕੋ ਪਾਉਂਗੇ ਉਹਦਾਂ ਦੇ ਬਣ ਕੇ ਨਿਕਲੋ ਨੇ ਉਹ ਗੋਡ ਗਿਫਟਡ ਹੀ ਹੈ ਜੀ ਇਹ ਇੱਕ ਡਾਈ ਹੈ ਤੇ ਡਾਈ ਚ ਜਿੱਦਾਂ ਇਹ ਡਾਲੋ ਸੁੱਟੋਗੇ ਉਹ ਨੇਚਰਲੀ ਮਤਲਬ ਕਿ ਵੀ ਆਪਣੇ ਆਪ ਹੀ ਸਹੀ ਬਣ ਕੇ ਬਾਹਰ ਆ ਜਾਣੇ ਜਾਂ ਜਿੱਦਾਂ ਮੈਨੂੰ ਡਾਈ ਨੂੰ ਆਪਣੇ ਚੰਗਾ ਲੱਗਦਾ ਹੁੰਦਾ ਉਹਨਾਂ ਮਸਾਲਾ ਉਨੇ ਆਪਣੇ ਧਾਵਨਾ ਉਹਨਾਂ ਮਸਾਲਾ ਪਾ ਰਣ ਤੇ ਉਹ ਚੀਜ਼ ਬਾਹਰ ਆ ਜਾਣੀ ਐ ਇਦਾਂ ਹੀ ਆ ਮੈਨੂੰ ਡਾਇਲੋਗ ਦੇਂਦੇ ਆ ਉਹ ਕਹਿੰਦੇ ਯਾਰ ਮੈਨੂੰ ਹੁਣ ਡਾਇਰੈਕਟਰ ਮੋਸਟਲੀ ਇਹ ਕਹਿੰਦੇ ਵੀ ਨਹੀਂ ਯਾਰ ਤੂੰ ਜੋ ਹੈਗਾ ਨਾ ਨੇਚਰਲੀ ਤੂੰ ਉਹੀ ਕਰ ਸੋ ਮੇਰੇ ਹਿਸਾਬ ਨਾਲ ਹੀ ਉਹ ਫਿਰ ਰਾਈਟਰ ਤੋਂ ਡਾਇਲੋਗ ਲਿਖਾਇਆ ਤੇ ਯਾਰ ਸੰਗਾ ਐ ਬੋਲੂਗਾ ਯਾਰ ਉਹਦਾ ਕਰੈਕਟਰ ਇਦਾਂ ਉਹ ਉੱਚੀ ਬੋਲਦਾ ਹੈ ਨਾ ਮੈਂ ਥੋੜਾ ਜਿਹਾ ਲਾਊਡ ਆ ਤੇ ਬੜਾ ਫਿਰ ਵਧੀਆ ਹੋ ਜਾਂਦਾ ਆਪਣੇ ਬਈ ਉਹ ਪ੍ਰਮਾਤਮਾ ਹੀ ਕਰਾਉਣਾ। ਲਾਸਟ ਸਵਾਲ ਦਰਸ਼ਕਾਂ ਨੂੰ ਕੀ ਕਹਨੇ ਹੋ ਕਿ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਅਲੱਗ ਤੋਂ ਕੀ ਦੇਖਣ ਨੂੰ ਮਿਲੇਗਾ? ਆ ਅਲੱਗ ਤੋਂ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਵੀ ਇਹ ਪੰਜਾਬੀ ਫਿਲਮ ਪਹਿਲੀ ਵਾਰੀ ਹਾਰਰ ਬਣ ਰਹੀ ਹੈ। ਔਰ ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ ਔਰ ਤੁਸੀਂ ਦੇਖੋ ਭੂਤ ਅੰਕਲ ਜੀ ਕਿਵੇਂ ਭੱਜਦੇ ਆ, ਕਿਵੇਂ ਤੁਹਾਨੂੰ ਪੂਰਾ ਨਾ ਦੇਖ ਕੇ ਹੀ ਪਤਾ ਲੱਗੂਗਾ। ਪਰ ਇਹ ਗੱਲ ਆ ਤੁਸੀਂ ਨਰਾਸ਼ ਨਹੀਂ ਹੋਵੋਗੇ। ਤੁਸੀਂ ਵਿਦ ਫੈਮਿਲੀ ਨਾਲ ਜਾਇਓ। ਔਰ ਬਹੁਤ ਵਧੀਆ ਫਿਲਮ ਹੈ ਤੁਹਾਨੂੰ ਪੂਰਾ ਐਂਟਰਟੇਨ ਕਰੇਗੀ ਫਿਰ ਬੱਚਿਆਂ ਨਾਲ ਲੈ ਕੇ ਜਾਓ ਫਿਰ ਮਜ਼ਾ ਆਊਗਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਐਚਐਸਐਨ ਟੀਵੀ ਤੇ ਸੋਏ ਸੀ ਸਾਡੇ ਨਾਲ ਹਾਰਦੀ ਸੰਗਾ ਜੀ ਜਨਾ ਨੇ ਸਾਨੂੰ ਦੱਸਿਆ ਕਿ ਇਸ ਫਿਲਮ ਦੇ ਵਿੱਚ ਸਭ ਤੋਂ ਡਿਫਰੈਂਟ ਗੱਲ ਇਹ ਹੈ ਕਿ ਇੱਕ ਕਾਮੇਡੀ ਹੋਣ ਦੇ ਨਾਲ ਨਾਲ ਪੰਜਾਬੀ ਹਾਰਰ ਮੂਵੀ ਹੈ ਇਸ ਫਿਲਮ ਨੂੰ ਜ਼ਰੂਰ ਦੇਖੋ ਕਿਉਂਕਿ ਕਾਫੀ ਕੁਝ ਖਾਸ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਐਚਐਸਐਨ ਟੀਵੀ ਤੇ ਮੈਂ ਸੀ ਸ਼ੀਤਲ ਮੇਰੇ ਨਾਲ ਕੈਮਰਾਮੈਨ ਸ਼ਿਵਮ ਤੇ ਕੁਨਾਲ ਤੁਸੀਂ ਵੇਖ ਰਹੇ ਹੋ ਐਚਐਸਐਨ ਟੀਵੀ